श्री ग्रंथ साहब जी हजूरी च विराजमान सत्संगियो, वाहेगुरु जी का खालसा वाहेगुरु जी की फतेह। जिमें कि आप सबनों पता ही है कि गुरु घर के काफ़ी लंबे समय तो पंजाबी मां बोली नाल जोड़न वास्ते बच्चों संडे क्लासा जड़िया ने लाइया जांदियां ने। अज 2016-17 का सैशन संडे क्लासा का जो सी वो उसका जो लास्ट डे है, जिस विच बच्चे ताड़ी हाजरी विच बैठे हैं, उन्होंने छोटे बच्चों को जो इन्ने समय में सिखाया गया है वो आपके रूबरू किया जाएगा। सो आस करते हाँ कि आप बच्चों का हौसला अफजाई बताते बड़े प्यार सत्कार उन्हों का प्रोग्राम सुनोगे। सो सब तो पहला छोटी क्लास के बच्चे जिहड़े ने जपजी साहब का पाठ करनगे, जिन्हां दे टीचर परमिंदर कौर मंड हैं उन्होंने मैं बेनती करा कि वो अपने बच्चों लैके आन। परमिंदर पार्वती माई जे हो जाना आखा नाही कहना
ਕਰਨ ਜਾਈ ਗੁਰਾਏ ਦੇ ਬੁਝਾਈ ਸਭਨਾ ਜੀਆ ਪਾਇਤ ਦਾਤਾ ਸੋਮੈ ਦਿਸਣ ਜਾਈ ਤੀਰਥਾ ਜੇਤਿਸ ਪਾਵਨ ਜਿਨਾਈ ਕਰੀ ਜੇਤੀ ਸਿਰਤ ਉਪਾਇ ਰੇਖਾ ਮਿਣ ਕਰ ਮਾ ਕੇ ਮਿਲੇ ਨਹੀਂ ਮਨ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸਹੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਗਾਇਕ ਦਾਤਾ ਸੋਮੈ ਦਿਸਣ ਜਾਈ ਕੀਤਾ ਅੰਦਰ ਕੀਤ ਕਰ ਤੋਸੀ ਦੋਸਤ ਰੇ ਨਾਨਕ ਨੇ ਗੁਣ ਗੁਣ ਲਏ ਗੁਣਵੰਤਿਆ ਗੁਣ ਦੇ ਚੰਗਿਆਈਆਂ ਬੁਰਿਆਈਆਂ ਬਾਜੇ ਧਰਮ ਹਦੂਰ ਕਰਨੀਆਂ ਪੋ ਆਪਣੀ ਕੇ ਲੈਣੇ ਕੇ ਦੂਰ ਜਿੰਨੀ ਨਾਮ ਦਿਆ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਸ ਤੋਂ ਪਹਿਲਾਂ ਬੱਚਿਆਂ ਨੂੰ ਅਸੀਂ ਉੱਪਰ ਗੈਲਰੀ ਵਿੱਚ ਗੁਰੂ ਘਰ ਵੱਲੋਂ ਸਰਟੀਫਿਕੇਟ ਜਿਹੜੇ ਆ ਉਹ ਦੇ ਚੁੱਕੇ ਹਾਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਹੁਣ ਇਹਨਾਂ ਤੋਂ ਬਾਅਦ ਸੈਕਿੰਡ ਕਲਾਸ ਆਏਗੀ ਜਿਹਨਾਂ ਦੇ ਇੰਚਾਰਜ ਰਮਨਦੀਪ ਢਿੱਲੋਂ ਹਨ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਬੱਚਿਆਂ ਨੂੰ ਲੈ ਕੇ ਆਉਣ। ਤੁਸੀਂ ਬੱਚੇ ਉਸਰਾ ਲਾਈਨ 'ਚ ਬੈਠੋ। ਹਾਂਜੀ, ਨੈਕਸਟ ਰਮਨਦੀਪ ਐਕਸਪੀਰੀਅੰਸ ਕੀ
बोले सो निहाल चलो बेटा जी अपने सीटा बैठो तुम शाबाश। हाँ जी अज साढ़े एक बच्चों की हाजरी मुताबक गिनती घट है, कारण शाकर का बल्लव साड़िया तिया भैन बच्चों लैके जा गई ने, पर मैनू महसूस होया है कि असी एक साल भर मेहनत की थी। ते लास्ट डे सी हर प्रकार का असी गुरु घर वालों प्रबंध किया गया है बच्चों उत्साह करने वास्ते, पर जेड़े बच्चे नहीं आए इस गल का मैं दुख है। सो नैक्सट साड़ी जी वीडी क्लास है उन्होंने उन्होंने टीचर करमजीत संधु वो अपने बच्चों ना लेके आन और वो अपना शब्द बोलन। सब किश मैनू सौंपया जा तेरा
ਤੂੰ ਸਭ ਕੁਛ ਮੈਨੂੰ ਸੌਂਪਿਆ ਇਹ ਸ਼ਬਦ ਉਹਨਾਂ ਬੱਚਿਆਂ ਨੇ ਗਾ ਕੇ ਆਪ ਜੀ ਨੂੰ ਸਰਵਣ ਕਰਾਇਆ ਹੈ। ਬੱਚਿਆਂ ਨੇ ਸ਼ਬਦਾਵਲੀ ਪ੍ਰੋਨਸੀਏਸ਼ਨ ਕੋਈ ਵੀ ਅਜਿਹੀ ਗਲਤੀ ਨਹੀਂ ਕੀਤੀ ਔਰ ਇਹ ਬੱਚੇ ਕਿੰਨਾ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਪਿਆਰ ਹੈ ਇਸ ਗੱਲ ਦਾ ਤੁਹਾਡੇ ਸਾਹਮਣੇ ਸਬੂਤ ਹੈ ਔਰ ਟੀਚਰਾਂ ਦੀ ਮਿਹਨਤ ਦਾ ਵੀ ਤੁਹਾਡੇ ਸਾਹਮਣੇ ਹੈ ਕਿ ਅਸੀਂ ਇੰਨੇ ਸਮੇਂ ਵਿੱਚ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜ ਰਹੇ ਹਾਂ। ਇਹ ਸਭ ਕੁਝ ਤੁਹਾਡੇ ਹੀ ਸਹਿਯੋਗ ਨਾਲ ਹੁੰਦਾ ਹੈ, ਪੇਰੈਂਟਸ ਵੀ ਨਾਲ ਪੂਰਾ ਮਿਲਵਰਤਨ ਕਰਦੇ ਹਨ, ਸੋ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਬੋਲੇ ਸੋ ਨਿਹਾਲ। ਹਾਂਜੀ, ਹੁਣ ਸਾਡੇ ਵੱਡੀ ਕਲਾਸ ਦੀਆਂ ਬੱਚੀਆਂ ਇੱਕ ਧਾਰਮਿਕ ਗੀਤ ਪੇਸ਼ ਕਰਨਗੀਆਂ, ਸੋ ਮੈਂ ਉਹਨਾਂ ਨੂੰ ਆਖਾਂਗਾ ਕਿ ਉਹ ਆਪਣਾ ਗੀਤ ਸ਼ੁਰੂ ਕਰਨ, ਸਮੇਂ ਦਾ ਖਿਆਲ ਵੀ ਰੱਖਣਾ ਹੈ। ਮਾਈਕ ਜੀ ਤੋਂ ਆਪਣੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਖਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਹੀਂ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਰਿਆਂ ਨੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਰਿਆਂ ਨੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਧਰੀ ਸਾਥ ਕਰੇ ਕੈਸੀ ਹੋਣੀ ਨੇ ਖੇਡੀ ਚਾਰ ਜੀ ਗੰਗੂ ਪਾਪੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਹਿਗੁਰੂ।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਇਸ ਗੀਤ ਰਾਹੀਂ ਇਤਿਹਾਸ ਨੂੰ ਤੋਂ ਤੁਹਾਨੂੰ ਜਾਣੂ ਕਰਾਇਆ ਹੈ। ਸੋ ਹੁਣ ਦੋ ਬੱਚੇ ਮਨਵੀਰ ਸਿੰਘ, ਉਹ ਆਪਣੀ ਕਵਿਤਾ ਬੜੇ ਚਿਰ ਦਾ ਬੱਚਾ ਕਹਿ ਰਿਹਾ ਕਿ ਮੈਨੂੰ ਜ਼ਰੂਰ ਜੀ ਬੋਲਣ ਦਾ ਮੌਕਾ ਦਿੱਤਾ ਜਾਵੇ। ਮਨਵੀਰ ਸਿੰਘ ਮੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਜਾਂ ਵਾਲੇ ਦੀ ਕਰੂ ਕੋਈ ਰੀਸ ਕੀ, ਵੱਡੇ ਗੜੀ ਚ ਕਲਾਤੇ ਛੋਟੇ ਨੀਹਾਂ ਚ ਚਨਾਤੇ, ਚਾਰਾਂ ਜਿਗਰ ਟੋਟੇ ਮਹੀ ਕੌਮ ਲਿਖੇ ਲਾਤੇ। ਭੇਜ ਦਿੱਲੀ ਨੂੰ ਦਿੱਤੇ ਸੀ ਪਿਤਾ ਜੀ, ਪਾਜਾਂ ਵਾਲੇ ਦੀ ਕਰੂ ਕੋ ਰੀਸ ਕੀ। ਤਿੰਨ ਭਾਗਾਂ ਨਾਲ ਭਰਿਆ ਵਿਸਾਖੀ ਵਾਲਾ ਆਇਆ, ਮੇਰੇ ਕਲਗੀਆਂ ਵਾਲੇ ਐਸਾ ਕੌਤਕ ਰਚਾਇਆ। ਚਿੜੀ ਬਾਜ ਨਾਲ ਲੜਾ ਕੇ ਸ਼ੇਰ ਗਿੱਦੜੋ ਬਣਾ ਕੇ, ਸੁੱਤੀ ਕੌਮ ਨੂੰ ਜਗਾਇਆ ਪੰਥ ਖਾਲਸਾ ਸਜਾ ਕੇ। ਤੱਤੀ ਸਿੰਘਾਂ ਨੂੰ ਪਛਾਣ ਵਖਰੀ, ਬਾਜਾਂ ਵਾਲੇ ਦੀ ਕਰੂ ਕਰੀਸ ਕੀ। ਪੁੱਤ ਆਪਣੇ ਵਾਲੇ ਤੇ ਸਾਨੂੰ ਗੱਦੀ ਸਰਦਾਰੀ, ਮੇਰੇ ਗੁਰੂਆਂ ਨੇ ਸਿੱਖੀ ਦੀ ਇਮਾਰਤ ਉਜ਼ਾਰੀ ਕੀਤੀ। ਇੱਕ ਜੁੱਟ ਕਾਮ ਖੜੇ ਕਰ ਦਿੱਤੇ ਰੋ, ਨਾਲੇ ਕਲਮ ਦੇ ਲਾਰੀ ਨੂੰ ਬਣਾ ਦਿੱਤਾ ਹੋ। ਲੜ ਪਾਪਾ ਦੀ ਅਲੱਗ ਰੱਖਤੀ, ਬਾਜਾਂ ਵਾਲੇ ਦੀ ਕਰੂ ਕਰੀਸ ਕੀ। ਨਾਲੇ ਵਾਰਤ ਦੀ ਮਾਤਾ ਨਹੀਂ ਆਪ ਨੂੰ ਬਚਾਇਆ, ਸੱਚੀ ਬਾਜਾਂ ਵਾਲੇ ਗੁਰੂ ਨੇ ਕੁਛ ਨਹੀਂ ਲੁਕਾਇਆ। ਦੇਖੋ ਕੇਸਰੀ ਨਿਸ਼ਾਨ ਚੁੰਮ ਦੇਣੀ ਹੈ ਸਮਾਨ, ਮੇਰੇ ਗੁਰੂਆਂ ਦੇ ਯਗ ਤਾਂ ਹੀ ਉਹ ਚੁੱਕਦਾ ਜਹਾਨ। ਕਰੂ ਉਹਨਾਂ ਜਿੰਨੀ ਕਿਹੜਾ ਬੰਦਗੀ, ਬਾਜਾਂ ਵਾਲੇ ਦੀ ਕਰੂ ਕਰੀਸ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਬੱਚੇ ਨੇ ਤੁਹਾਨੂੰ ਗੁਰੂ ਕਿਸ ਬਾਰੇ ਕਵਿਤਾ ਸੁਣਾਈ ਹੈ, ਔਰ ਖੁਸ਼ੀ ਦੀ ਗੱਲ ਹੈ ਕਿ ਇਹਨੇ ਪੜ੍ਹ ਕੇ ਸੁਣਾਈਆਂ, ਪਰ ਉਹ ਜੋ ਲਿਖਿਆ ਹੈ ਉਹ ਪੰਜਾਬੀ ਵਿੱਚ ਹੈ। ਸਾਡੇ ਸਾਰੇ ਬੱਚੇ ਜਿਹੜੇ ਨੇ ਘਰਾਂ ਵਿੱਚ ਜਾਂ ਕਿਸੇ ਵੀ ਸਾਡਾ ਇਸ ਗੱਲ ਦਾ ਇਗਜ਼ਾਮ ਵੀ ਲੈਣਾ ਹੋਵੇ ਤਾਂ ਲੈ ਸਕਦੇ ਨੇ, ਬੱਚਿਆਂ ਦਾ ਵੀ ਕਿੰਨਾ ਕੁ ਪੜ੍ਹ ਸਕਦੇ ਆ, ਕਿੰਨਾ ਵਧੀਆ ਲਿਖ ਸਕਦੇ ਨੇ। ਸੋ ਹੁਣ ਸਾਡੇ ਪਾਸ ਅਮਰਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਅਸੀਂ ਪਿਆਰ ਨਾਲ ਕਹਿੰਦੇ ਨੇ, ਇਹ ਇੱਕ ਧਰਤੀ ਵਾਰ ਨਾਲ ਲਾ ਕੇ ਪਾਰ ਆਰਾਮ ਸੁਣਾਈ ਦਾ ਸ਼ਬਦ ਪੜ੍ਹ ਕੇ ਸੁਣਾਵੇਗਾ ਕੈਪਟਨ ਅਮਰਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਵੇ ਮਨ ਪੰਜਵਾਂ ਧਰਤੀ ਵਾਰ ਲੱਗੀ, ਪਾਰ ਪ੍ਰਭ ਸੁਣਾਏ ਜੋ ਗਿਰਦ ਮਾਰ ਰਾਮ ਕਰ ਦੁੱਖ ਲੱਗੇ ਨਾ ਪਾਏ। ਸਤਿਗੁਰੂ ਪੂਰਾ ਭੇਟਿਆ ਜਿਨ ਬੰਦ ਬਣਾਈ, ਰਾਮ ਨਾਮ ਅੱਖ ਦੀ ਆਕਾ ਲਵਰਾਏ ਰਹਾ। ਰੱਖ ਜੀ ਤੇ ਰੱਖਣਾ ਸਿਰ ਵਿਆਜ ਮਟਾਏ, ਕੌਣ ਆਣੇ ਕਿਰਪਾ ਭੇ ਸਹਾਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੈਠੋ ਜੀ, ਸ਼ਾਬਾਸ਼। ਹੁਣ ਸਾਡੇ ਨਾਲ ਕਾਫੀ ਲੰਮਾ ਸਮਾਂ ਸਾਡੇ ਇੱਕ ਭੈਣ ਜੀ ਨੇ ਜਿਹਨਾਂ ਦਾ ਨਾਮ ਦਰਸ਼ਨ ਕੌਰ ਭਨੋਟ ਹੈ, ਉਹਨਾਂ ਨੇ ਅੱਜ ਹੀ ਉਹਨਾਂ ਨੂੰ ਕਵਿਤਾ ਲਿਖਣ ਦਾ ਸ਼ੌਂਕ ਹੈ, ਉਹਨਾਂ ਨੇ ਬੱਚਿਆਂ ਦੇ ਸੰਬੰਧ ਵਿੱਚ ਲਿਖੀ ਹੈ, ਔਰ ਉਹਨਾਂ ਨੇ ਕਿਹਾ ਵੀ ਜੇ ਸਮਾਂ ਮਿਲੇ ਤਾਂ ਮੈਨੂੰ ਵੀ ਇੱਕ ਦੋ ਮਿੰਟ ਜ਼ਰੂਰ ਦਿੱਤੇ ਜਾਣ। ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਣ ਕੇ ਆਪਣੀ ਕਵਿਤਾ ਬੋਲਣ। ਇਹ ਬੀਬੀ ਲਗਾਤਾਰ ਗੁਰੂ ਘਰ ਦੇ ਵਿੱਚ ਅਖੰਡ ਪਾਠ ਬੜੀ ਸ਼ਰਧਾ ਪੂਰਵਕ ਹਰ ਹਫ਼ਤੇ ਕਰਦੇ ਨੇ। ਦਰਸ਼ਨ ਕੌਰ ਨੋਟ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਪਿਆਰੀ ਸਾਧ ਜੀ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਇੱਕ ਕਵਿਤਾ ਲਿਖੀ ਹੈ, ਤੁਸੀਂ ਆਮ ਰਸਾਲਿਆਂ ਦੇ ਵਿੱਚ ਉੱਦਾਂ ਪੜ੍ਹਿਆ ਵੀ ਹੋਊ, ਇਹ ਮੈਂ 35 ਅੱਖਰਾਂ ਦੇ ਉੱਤੇ ਇੱਕ ਕਵਿਤਾ ਲਿਖੀ ਹੈ। ਸੋ ਉਸ ਨੂੰ ਆਧਾਰ ਲੈ ਕੇ ਮੈਂ ਥੋੜ੍ਹਾ ਜਿਹਾ ਦੋ ਕੁ ਸ਼ਬਦ ਲਿਖੇ ਨੇ। ਊੜਾ ਉੱਠ ਕੇ ਸਵੇਰੇ ਆੜਾ ਅੱਖਾਂ ਜਰ ਖੋਲ, ਊੜਾ ਉੱਠ ਕੇ ਸਵੇਰੇ ਆੜਾ ਅੱਖਾਂ ਜਰ ਖੋਲ, ਈੜੀ ਇੱਕ ਗੱਲ ਆਖਾਂ ਸਦਾ ਸੱਚ ਬੋਲ, ਹਾ ਹਾ ਹੱਥ ਦੋਵੇਂ ਜੋੜ ਸੱਚੇ ਰੱਬ ਨੂੰ ਦਿਆ ਲੈ, ਨੇਕੀ ਨਾਲ ਤੇਰੇ ਜਾਣ
नेकी नाल तेरे जानी पानी मन च बसा लै कक्का कर चंगे कम खखा खीवा का तो फिरे गग्गा गल मेरी माने खग्गा कत लै वहीरा अंगा सुसत जा बैठा एनू सुते नू जगा लै नेकी नाल तेरे जानी पानी मन पानी नाल ला लै चचा चताने जिहा होके छछा छड दे विवाद जजा जुगत बना लै चजा झंझट मिटा के नैया किथे करा पिट एनू पासे जे बहा लै नेकी नाल तेरे जानी एनू माने च बसा लै टैंका टोर बन जांदी ठठा ठाणे दारा वांगू डड्डा डर सारा कड डड्डा टोले दिया ला लै नैया लग नाणा लगदा शरीफ एनू नाल हीर ला लै नेकी नाल तेरी जानी बाणी माने च बसा लै तत्ता तुरदा ही जामी थत्था थक ना तू जामी दद्दा दोस्ता दे नाल तद्दा धोखा ना कमावी नन्ना नाम जाप बंदे एहो नाल तेरे जाना नेकी दिल च बसा लै पानी ना मन पानी नाल ला लै पप्पा पंप च पंजे पापी मार फफा फाड़ लै तूरा बब्बा बंदगी तू कर बंदा बन जा महान पप्पा भाजन कमाई अंत देंदी सवे मान मम्मा माने बिच नाम सच्चे गुरा दा बसा लै नेकी नाल तेरे जानी मन पानी नाल ला लै जइया यक तक नालो रारा रा चंगा फाड़े लल्ला लै जी तू सनेहा बाबा वधिया जे लगे राड़ा साहब तो अखीर सच ताई अपना लै नेकी नाल तेरे जानी बाणी नाल मान ला लै ससा शेरा वांगू सिख लै जी आउणा बंदिया खखा खीवा नाम विच गग्गा काबुल ना बाणे लल्ला लोकी आख दे सियाणे तारे जांदे ने जहाज जित सच दी ही होनी तेनू पैंदी विच दिती मत झोली विच पालै नेकी नाल तेरे जानी माणे पाणी नाल ला लै बहुत बहुत धन्यवाद हुण गुरु घर वालों जो अध्यापक बच्चों नूं पढ़ाउंदे रहे ने उन्होंने सम्मानित किया जाएगा सो मैं टीचर साहबान को बेनती करांगा कि वह इस जगह पर आ जाए हाँ जी बारी बारी हाँ जी हाँ जी बीबी करमजीत कौर संधु सो निहाल परमिंदर मंड सो निहाल रमनप्रीत ढिल्लों सो निहाल हाँ जी दास
ਸਾਹਿਬ ਜੀ, ਸਤਸੰਗ ਜੀ, ਛੋਟੇ ਛੋਟੇ ਬੱਚਿਆਂ ਦਾ ਕਿ ਅੱਜ ਦਾ ਪ੍ਰੋਗਰਾਮ ਸੀ ਜੋ ਆਪ ਜੀ ਨੇ ਬਹੁਤ ਹੀ ਸਤਿਕਾਰ ਪਿਆਰ ਦੇ ਨਾਲ ਦੇਖਿਆ ਵੇਖਿਆ ਸੁਣਿਆ ਸਰਵ ਕੀਤਾ। ਸੋ ਮੈਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਇਸ ਤੋਂ ਅਗਲਾ ਜੋ ਪ੍ਰੋਗਰਾਮ ਚੱਲਦਾ ਹੈ, ਕਿਉਂਕਿ ਲਗਾਤਾਰ ਹੀ ਪੰਜਾਬੀ ਮਾਂ ਬੋਲੀ ਵਾਸਤੇ ਗੁਰੂ ਘਰ 'ਚੋਂ ਯਤਨ ਕੀਤਾ ਜਾਂਦਾ ਹੈ, ਇਸ ਹੁਣ ਵੀ 3 ਜੁਲਾਈ 2017 ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਲਗਾਤਾਰ ਸਾਡਾ ਫਰਜ਼ ਬਣਦਾ ਹੈ ਕਿ ਸਿੱਖੀਏ, ਬੱਚਿਆਂ ਨੂੰ ਸਿਖਾਈਏ ਤਾਂ ਕਿ ਉਹ ਗੁਰੂ ਦੇ ਲੜ ਸਕਣ, ਗੁਰਬਾਣੀ ਪੜ੍ਹ ਸਕਣ। ਇਹ ਵਾਰ ਵਾਰ ਬੇਨਤੀ ਅਸੀਂ ਕਰਦੇ ਹਾਂ, ਇਹਦਾ ਉਪਰਾਲਾ ਹਮੇਸ਼ਾ ਹੀ ਜਿੱਥੇ ਅਸੀਂ ਗੁਰੂ ਘਰ 'ਚ ਕਰਦੇ ਹਾਂ ਉੱਥੇ ਨਾਲ ਖਾਲਸਾ ਸਕੂਲ ਜੋ ਕੋਈ ਪ੍ਰੋਪਰ ਸਕੂਲ ਹੈ ਆਪਣਾ, ਉਹਦੇ ਵਿੱਚ ਵੀ ਆਪਾਂ ਪੜ੍ਹਾਉਂਦੇ ਹਾਂ ਤਾਂ ਕਿ ਜੋ ਸਾਨੂੰ ਸਾਡੀ ਜ਼ਿੰਮੇਵਾਰੀ ਹੈ, ਸਤਿਗੁਰਾਂ ਨੇ ਸਾਥੇ ਪਾਈ ਹੈ, ਉਹ ਆਪਾਂ ਅੱਗੇ ਇਹਨਾਂ ਬੱਚਿਆਂ ਨੂੰ ਦੇ ਸਕੀਏ। ਤੁਸੀਂ ਸੁਣਿਆ ਹੋਣੀ ਤੋਤਲੀ ਦੀਵਾਨ ਵਿੱਚ ਛੋਟੇ ਛੋਟੇ ਬੱਚੇ ਗੁਰੂ ਨਾਨਕ ਨਾਮ ਲੇਵਾ, ਗੁਰੂ ਨਾਨਕ ਸਾਹਿਬ ਦੀ ਪਨੀਰੀ ਹੈ ਜੋ ਤੁਹਾਡੇ ਸਾਹਮਣੇ ਗੁਰਬਾਣੀ ਸੁਣਾ ਕੇ ਗਈ ਹੈ, ਕਵਿਤਾ ਸੁਣਾ ਕੇ ਗਈ ਹੈ, ਕਿੰਨੀ ਠੇਠ ਪੰਜਾਬੀ ਉਹਨਾਂ ਨੇ ਇਹਨਾਂ ਟੀਚਰ ਸਾਹਿਬਾਂ ਤੋਂ ਸਿੱਖੀ ਹੈ, ਇਹਨਾਂ ਦੀ ਮਿਹਨਤ ਹੈ। ਸੋ ਇਹਨਾਂ ਦੀ ਮਿਹਨਤ ਦਾ ਫਾਇਦਾ ਲੈਣ ਲਈ ਆਪਾਂ ਜ਼ਰੂਰੀ ਬਣਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਤੁਸੀਂ ਕੈਂਪ ਵਿੱਚ ਲਿਆਓ, ਔਰ ਉਸ ਤੋਂ ਬਾਅਦ ਜੋ ਸੰਡੇ ਸਕੂਲ ਹੈ ਉਹਦੇ ਵਿੱਚ ਵੀ ਜ਼ਰੂਰ ਪਾਓ। ਸੋ ਜਿੱਥੇ ਮੈਂ ਪ੍ਰਿੰਸੀਪਲ ਕੁਲਵੀਰ ਸਿੰਘ ਸੰਧੂ ਅਤੇ ਇਹਨਾਂ ਦੀ ਸਾਰੀ ਟੀਮ ਟੀਚਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਉੱਥੇ ਹੀ ਸਾਰੇ ਪੇਰੈਂਟਸ ਦਾ ਵੀ ਉਹਨਾਂ ਦੇ ਸਹਿਯੋਗ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਕਿ ਕਿਸੇ ਕੋਲ ਵੀ, ਕਿਉਂਕਿ ਸਾਡੇ ਨੌਜਵਾਨ ਬੱਚੇ ਵੀ ਇੱਥੇ ਨੇ ਜੋ ਪੜ੍ਹੇ ਲਿਖੇ ਨੇ, ਕਿਸੇ ਕੋਲ ਵੀ ਜੋ ਹੁਣ ਦੀ ਹੁਣ ਤੱਕ ਦੀ ਟੈਕਨੀਕ ਹੈ ਪੜ੍ਹਾਉਣ ਦੀ, ਇੰਟਰਨੈਟ 'ਤੇ ਆਪਾਂ ਸਾਰੇ ਪੜ੍ਹਦੇ ਹਾਂ ਜਾਂ ਕੁਛ ਹੈਗੀ ਆ ਟੈਕਨੀਕ, ਉਹ ਸਾਨੂੰ ਸੁਝਾਅ ਦਿਓ, ਲੈ ਕੇ ਆਓ ਤਾਂ ਕਿ ਆਪਾਂ ਬੱਚਿਆਂ ਨੂੰ ਉਸ ਟੈਕਨੀਕ ਦੇ ਮੁਤਾਬਕ ਦੇ ਨਾਲ ਪੜ੍ਹਾ ਸਕੀਏ, ਔਰ ਵੱਧ ਤੋਂ ਵੱਧ ਬੱਚੇ ਫਾਇਦਾ ਲੈ ਸਕਣਗੇ ਪੰਜਾਬੀ ਜ਼ੁਬਾਨ ਦਾ।